ਅਧੇਰ ਕਿਸਾਨ ਮਜ਼ਦੂਰ ਸੰਸਥਾ ਪੰਜਾਬ ਤੋਂ ਜੀ। ਜਿਵੇਂ ਤੁਹਾਨੂੰ ਪਤਾ ਇਸ ਸਵੇਰ ਤੋਂ ਇਹ ਗੱਲਾਂ ਚੱਲ ਰਹੀਆਂ ਸੀ ਮੀਡੀਆ ਦੇ ਵਿੱਚ ਵੀ ਮੋਦੀ ਸਰਕਾਰ ਦਾ ਇਹ 11ਵਾਂ ਇਤਿਹਾਸਿਕ ਬਜਟ ਹੈਗਾ ਵਾ, ਪਰ ਇਹ ਵੀ ਇੱਕ ਇਤਿਹਾਸ ਰਚਿਆ ਜਾ ਰਿਹਾ ਵੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਲਈ ਵੀ ਇੱਕ ਇਤਿਹਾਸਿਕ ਬਜਟ ਹੈ। ਉਹਨੂੰ 11ਵੀਂ ਵਾਰ ਵੀ ਇਸ ਬਜਟ ਤੋਂ ਨਿਰਾਸ਼ਾ ਹੋਈ ਹੈ। ਦੇਖੋ ਸਾਡੀ ਜਿਹੜੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਆਬਾਦੀ ਲਗਭਗ ਪੇਂਡੂ ਭਾਰਤ ਦੇ ਵਿੱਚ 70% ਆ। 48 ਲੱਖ ਕਰੋੜ ਰੁਪਈਏ ਦਾ ਇਹ ਬਜਟ ਸੁਣਿਆ ਜਾ ਰਿਹਾ। ਇਹ ਜਿੰਨੀ ਰਕਮ 1.52 ਲੱਖ ਕਰੋੜ ਦੀ ਹੈ, ਇਹ 3% ਵੀ ਨਹੀਂ ਬਣਦੀ। ਹੁਣ ਜਿਹੜੇ ਬੰਦੇ ਨੂੰ 70 ਰੁਪਈਏ ਚਾਹੀਦੇ ਆ 100 ਚੋਂ, ਉਹਨੂੰ 3 ਰੁਪਈਏ ਦੇ ਕੇ ਕਿਹਾ ਜਾ ਰਿਹਾ ਉਹਦਾ ਵਿਕਾਸ ਹੋ ਜੂਗਾ, ਇਹ ਵਿਕਾਸ ਨਹੀਂ ਹੋਣਾ। ਔਰ ਇੰਨੀ ਰਕਮ ਦੇ ਵਿੱਚੋਂ ਕਿਹਾ ਜਾ ਰਿਹਾ ਵੀ ਨਵੇਂ ਬੀਜ ਵਾਤਾਨੁਕੂਲ ਦੇ ਹਿਸਾਬ ਨਾਲ ਉਹਨਾਂ ਦੀ ਖੋਜ ਵੀ ਕਰਾਂਗੇ, ਸਬਜ਼ੀਆਂ ਦੇ ਜਿਹੜੇ ਨਵੇਂ ਕਲਸਟਰ ਆ ਉਹ ਵੀ ਬਣਾਵਾਂਗੇ, 1 ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਵੀ ਜੋੜਾਂਗੇ, ਔਰ ਸਬਸਿਡੀਆਂ ਵੀ ਦਾਂਗੇ, ਪੇਂਡੂ ਵਿਕਾਸ ਵੀ ਹੋਊਗਾ। ਤਾਂ ਮੈਨੂੰ ਲੱਗਦਾ ਇਹ ਗੱਲਾਂ ਕਿਸੇ ਹਕੀਕੀ ਤੱਥਾਂ 'ਤੇ ਆਧਾਰਿਤ ਨਹੀਂ ਹੈਗੀਆਂ ਵੀ ਕੋਈ ਖੇਤੀ ਸੈਕਟਰ ਦਾ ਭਲਾ ਹੋਊਗਾ। ਔਰ ਜਿੱਥੋਂ ਤੱਕ ਸਵਾਲ ਹੈਗਾ ਸਾਡੀਆਂ ਮੰਗਾਂ ਮਸਲਿਆਂ ਦਾ, MSP ਲੀਗਲ ਗਰੰਟੀ ਕਾਨੂੰਨ ਵਾਸਤੇ ਕੋਈ ਬਜਟ ਵਿੱਚ ਪ੍ਰਾਵਧਾਨ ਨਹੀਂ ਹੈ। ਦੇਸ਼ ਦੇ ਕਿਸਾਨ ਅਤੇ ਖੇਤ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨਾ, ਉਹਦੀ ਕੋਈ ਗੱਲ ਨਹੀਂ ਹੈ। ਦੇਸ਼ ਦੇ ਮਜ਼ਦੂਰ ਵਾਸਤੇ 200 ਦਿਨ ਰੁਜ਼ਗਾਰ ਅਤੇ ਚੰਗੀ ਦਿਹਾੜੀ ਹੋਵੇ, ਉਹਦੀ ਕੋਈ ਗੱਲ ਨਹੀਂ ਹੈ। ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਦਮ 'ਤੇ ਲੈ ਕੇ ਆਉਂਦੀ, ਉਹਦੀ ਵੀ ਕੋਈ ਗੱਲ ਇਸ ਬਜਟ ਵਿੱਚ ਨਹੀਂ ਕੀਤੀ ਗਈ। ਤਾਂ ਸਾਨੂੰ ਲੱਗਦਾ ਇਹ ਦਿਸ਼ਾਹੀਣ ਔਰ ਬਗੈਰ ਕੋਈ ਵਿਜ਼ਨ ਵਾਲਾ ਬਜਟ ਹੈਗਾ। ਖੇਤੀ ਸੈਕਟਰ ਵਿੱਚ ਸਰਕਾਰ ਦੇ ਆਪ ਦੇ ਸਰਵੇ ਆਏ ਆ ਵੀ ਖੇਤੀ ਸੈਕਟਰ ਵਿੱਚ ਕਿਸਾਨਾਂ ਦੀ ਗਿਣਤੀ ਘੱਟ ਰਹੀ ਆ। ਜਿਹੜਾ ਕੌਮਾਂਤਰੀ ਪੱਧਰ 'ਤੇ ਇਕਨੋਮਿਕਸ ਦਾ ਮਾਡਲ ਆ ਵੀ ਖੇਤੀ ਸੈਕਟਰ ਤੋਂ ਕਿਸਾਨਾਂ ਨੂੰ ਬਾਹਰ ਕੱਢਣਾ ਵਾ, ਉਹੀ ਸਾਡੀ ਸਰਕਾਰ ਨੇ ਅਪਣਾਇਆ। ਹਾਂ, ਕਿਸੇ ਸੈਕਟਰ ਵਿੱਚ ਮੁਨਾਫਾ ਹੋਵੇ, ਚੰਗਾ ਉਹਦੇ ਵਿੱਚ ਰਹਿਣ ਸਹਿਣ ਹੋਵੇ, ਕੋਈ ਛੱਡਦਾ ਨਹੀਂ ਹੁੰਦਾ। ਇਹਦਾ ਮਤਲਬ ਖੇਤੀ ਸੈਕਟਰ ਲਗਾਤਾਰ ਘਾਟੇ ਮੰਦਾ ਬਣ ਰਿਹਾ, ਇਸ ਕਰਕੇ ਲੋਕ ਉਹਨੂੰ ਛੱਡ ਕੇ ਬਾਹਰ ਜਾ ਰਹੇ ਨੇ। ਔਰ ਖੇਤੀ ਦੇ ਵਿਕਾਸ ਲਈ ਵੀ ਕੋਈ ਸਾਡੀ ਭਾਰਤ ਸਰਕਾਰ ਕੋਲ ਵਿਜਨ ਨਹੀਂ ਗਿਆ, ਇਸ ਕਰਕੇ ਕਿਸਾਨਾਂ ਲਈ ਇਹ ਬਜਟ ਨਿਰਾਸ਼ਤਾ ਵਾਲਾ ਬਜਟ ਆ। ਔਰ ਸਰਕਾਰ ਕੋਲ ਜਿਹੜੀ ਉਮੀਦ ਸੀ ਉਹ ਵੀ ਖਤਮ ਹੋ ਗਈ ਆ। ਹੁਣ ਤਾਂ ਲੋਕਾਂ ਨੂੰ, ਕਿਸਾਨਾਂ ਮਜ਼ਦੂਰਾਂ ਨੂੰ ਇਹੀ ਅਸੀਂ ਅਪੀਲ ਕਰਦੇ ਹਾਂ, ਵੱਧ ਤੋਂ ਵੱਧ ਅੰਦੋਲਨਾਂ ਦਾ ਹਿੱਸਾ ਬਣੋ, ਅੰਦੋਲਨਾਂ ਦੇ ਦਬਾਅ ਨਾਲ ਹੀ ਖੇਤੀ ਸੈਕਟਰ ਨੂੰ ਵਿਕਾਸ ਵਾਲੇ ਪਾਸੇ ਖੜਿਆ ਜਾ ਸਕਦਾ। ਧੰਨਵਾਦ।